एजुकेशन अदारियां दे विच सफर ते निकले हुए हैं ते आज दा सफर जड़ा साड़ा पहुंच चुकिया है तालीवार दे विच जिथे असीं पहुंचे हैं जी GTP इंटरनेशनल ग्रीन स्कूल दे विच ते आपां चलांगे अंदर जाणांगे स्कूल दे विच तुहानूं कीड़ियां-कीड़ियां फैसिलिटीज़ मिल रही ने ते इस दे नाल नाल ही असीं गलबात करांगे पेरेंट्स दे नाल। ਸੋ ਇਹ ਹੈ ਜੀ ਰਿਸੈਪਸ਼ਨ ਏਰੀਆ ਜਿੱਥੇ ਤੁਸੀਂ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਤੁਹਾਨੂੰ ਸਕੂਲ ਦੇ ਬਾਰੇ ਚਾਹੀਦੀ ਹੈ ਉਹ ਲੈ ਸਕਦੇ ਹੋ। ਹੁਣ ਗੱਲ ਕਰਦੇ ਹਾਂ ਸਕੂਲ ਦੇ ਵਿੱਚ ਕਿੰਡਰਗਾਰਡਨ ਦੀ ਤੇ ਪ੍ਰੋਪਰ ਕਲਾਸਿਸ ਦਿੱਤੀਆਂ ਗਈਆਂ ਨੇ ਛੋਟੇ ਬੱਚਿਆਂ ਦੇ ਲਈ ਔਰ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਲਾਸਿਸ ਦੇ ਵਿੱਚ ਔਰ ਬੜੇ ਹੀ ਇੱਕ ਅੱਛੇ ਤਰੀਕੇ ਦੇ ਨਾਲ ਸਟੂਡੈਂਟਸ ਨੂੰ ਸਮਝਾਇਆ ਜਾਂਦਾ ਹੈ ਕਿਉਂਕਿ ਬੇਸ ਹੈ ਸਟੂਡੈਂਟਸ ਦਾ ਤੇ ਉਹਨੂੰ ਜਿੰਨਾ ਜ਼ਿਆਦਾ ਸਟਰੋਂਗ ਕਰਨਗੇ ਉਨਾ ਹੀ ਜ਼ਿਆਦਾ ਅੱਗੇ ਜਾ ਕੇ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਹੈਲਪ ਹੋਏਗੀ। ਇਸ ਸਕੂਲ ਦੇ ਵਿੱਚ ਜੀ ਤੁਹਾਨੂੰ ਪ੍ਰੋਪਰ ਜਿਹੜੀਆਂ ਸਮਾਰਟ ਕਲਾਸਿਸ ਵੀ ਦੇਖਣ ਨੂੰ ਮਿਲਣਗੀਆਂ ਜਿੱਥੇ ਕਿ ਆਡੀਓ ਵਿਜ਼ੂਅਲ ਦੇ ਰਾਹੀਂ ਸਟੂਡੈਂਟਸ ਨੂੰ ਸਟੱਡੀ ਕਰਵਾਈ ਜਾਂਦੀ ਹੈ ਤਾਂ ਕਿ ਸਟੂਡੈਂਟਸ ਜਿਹੜੇ ਨੇ ਉਹ ਬੜੇ ਹੀ ਬਰੀਫਲੀ ਔਰ ਇੰਟਰਸਟਿੰਗ ਤਰੀਕੇ ਦੇ ਨਾਲ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰ ਸਕਣ। ਬਾਇਓਲੈਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇੱਥੇ ਕਿਵੇਂ ਟੀਚਰਸ ਜਿਹੜੇ ਨੇ ਉਹ ਪ੍ਰੋਪਰ ਪ੍ਰੈਕਟੀਕਲ ਵਰਕ ਦੇ ਰਾਹੀਂ ਸਟੂਡੈਂਟਸ ਨੂੰ ਸਮਝਾ ਰਹੇ ਨੇ। ਇਸ ਦੇ ਰਾਹੀਂ ਇਹ ਸਮਝਾਇਆ ਜਾ ਰਿਹਾ ਹੈ ਕਿ ਜਿਹੜਾ ਤੁਸੀਂ ਕੁਦਰਤੀ ਸੋਰਸਿਸ ਨੂੰ ਕਿੱਦਾਂ ਯੂਟੀਲਾਈਜ਼ ਕਰਨਾ ਆ ਜਾਂ ਫਿਰ ਤੁਹਾਡੀ ਹਿਊਮਨ ਬਾਡੀ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਜਾਂਦੀ ਹੈ ਜੀ ਬਾਇਓਲੈਬ ਦੇ ਵਿੱਚ। ਸਕੂਲ ਦੇ ਵਿੱਚ ਟਾਈਮ ਟੂ ਟਾਈਮ ਕੰਪੀਟੀਸ਼ਨਸ ਹੁੰਦੇ ਰਹਿੰਦੇ ਨੇ ਤਾਂ ਕਿ ਸਟੂਡੈਂਟਸ ਦੀ ਕ੍ਰੀਏਟੀਵਿਟੀ ਨੂੰ ਵਧਾਇਆ ਜਾ ਸਕੇ। ਸੋ ਇਸ ਵੇਲੇ ਡਰਾਇੰਗ ਕੰਪੀਟੀਸ਼ਨ ਚੱਲ ਰਿਹਾ ਜੀ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਕਾਫੀ ਸਟਰੈਂਥ ਜਿਹੜੀ ਹੈ ਸਟੂਡੈਂਟਸ ਦੀ ਇਸ ਦੇ ਵਿੱਚ ਪਾਰਟਿਸਪੇਟ ਕਰ ਰਹੀ ਹੈ ਔਰ ਆਪਣੀ ਕ੍ਰੀਏਟੀਵਿਟੀ ਦਾ ਹੁਨਰ ਦਿਖਾ ਰਹੀ ਹੈ। ਇੱਥੇ ਕੰਪਿਊਟਰ ਕਲਾਸ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਕੰਪਿਊਟਰ ਲੈਬਸ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਸਕੂਲ ਦੇ ਵਿੱਚ, ਜਿੱਥੇ ਕਿ ਪ੍ਰੋਫੈਸ਼ਨਲ ਟੀਚਿੰਗ ਸਟਾਫ ਜਿਹੜਾ ਆ ਉਹ ਸਟੂਡੈਂਟਸ ਨੂੰ ਸਮਝਾ ਰਿਹਾ ਆ ਔਰ ਇਸ ਦੇ ਰਾਹੀਂ ਸਟੂਡੈਂਟਸ ਜਿਹੜੇ ਨੇ ਟੈਕਨੋਲੋਜੀ ਦੀ ਰਫ਼ਤਾਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਨੇ। ਚੰਗੀ ਗੱਲ ਇਹ ਵੀ ਹੈ ਕਿ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਦੇ ਉੱਤੇ ਪੂਰਾ ਧਿਆਨ ਦਿੱਤਾ ਜਾਂਦਾ ਹੈ ਜੀ ਸਕੂਲ ਦੇ ਵਿੱਚ, ਤੇ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਦੇ ਵਿੱਚ ਗਰਾਊਂਡਸ ਪ੍ਰੋਪਰ ਅਵੇਲੇਬਲ ਨੇ ਜਿੱਥੇ ਕਿ ਸਟੂਡੈਂਟਸ ਆਪਣੀਆਂ ਪ੍ਰੈਕਟਿਸ ਕਰ ਰਹੇ ਨੇ ਗੇਮ ਦੀਆਂ। ਔਰ ਜੇਕਰ ਗੱਲ ਕੀਤੀ ਜਾਵੇ ਅਚੀਵਮੈਂਟਸ ਦੀ ਤਾਂ ਇੱਥੇ ਦੇ ਸਟੂਡੈਂਟਸ ਜਿਹੜੇ ਨੇ ਉਹ ਨੈਸ਼ਨਲ ਤੱਕ ਪਰਫਾਰਮ ਕਰ ਚੁੱਕੇ ਨੇ। ਮੇਰੇ ਦੋ ਬੱਚੇ ਨੇ, ਦੋ ਬੇਟੇ ਨੇ ਮੇਰੇ ਜਿਹੜੇ ਕਿ GTBI ਸਕੂਲ ਦੇ ਵਿੱਚ ਪੜ੍ਹ ਰਹੇ ਨੇ ਔਰ ਜਿੱਦਾਂ ਕਿ ਅਸੀਂ ਜਾਣਦੇ ਕਿ ਧਾਰੀਵਾਲ 'ਚ ਕਾਫੀ ਹੋਰ ਵੀ ਸਕੂਲ ਨੇ, ਪੁਰਾਣੇ ਸਕੂਲ ਵੀ ਨੇ GTBI ਤੋਂ, ਲੇਕਿਨ GTBI ਨੂੰ ਚੁਣਨ ਦਾ ਜਿਹੜਾ ਮੇਰਾ ਮੇਨ ਮਕਸਦ ਸੀਗਾ ਉਹ ਇਹ ਸੀਗਾ ਕਿ ਮੈਨੂੰ ਆਪਣੇ ਬੱਚਿਆਂ ਲਈ ਇੱਕ ਸੇਫ ਇਨਵਾਇਰਮੈਂਟ ਚਾਹੀਦਾ ਸੀਗਾ ਜਿੱਥੇ ਮੇਰੇ ਬੱਚੇ ਪੂਰੀ ਤਰ੍ਹਾਂ ਸੇਫ ਰਹਿਣ ਔਰ ਅੱਛੀ ਸਟੱਡੀ ਵੀ ਮਿਲੇ। ਔਰ ਅਸੀਂ ਕਾਫੀ ਭਾਲ ਕੀਤੀ ਸੀਗੀ, ਕਾਫੀ ਦੇਰ ਅਸੀਂ ਲਗਾਈ ਸੀ ਇਸ ਚੀਜ਼ ਨੂੰ ਦੇਖਣ ਵਾਸਤੇ ਕਿ ਸਾਡੇ ਬੱਚਿਆਂ ਲਈ ਕੀ ਬੈਸਟ ਰਹੇਗਾ, ਅਤੇ ਉਹ ਸਾਰਾ ਕੁਝ ਦੇਖਣ ਤੋਂ ਬਾਅਦ ਅਸੀਂ ਜਿਹੜਾ ਸਾਨੂੰ ਇਹੀ ਫੀਡਬੈਕ ਮਿਲੀ ਸੀ ਅੱਛੀ ਸਕੂਲ ਹੈ, ਅੱਛੀ ਐਜੂਕੇਸ਼ਨ ਹੈ, ਅੱਛਾ ਇਨਵਾਇਰਮੈਂਟ ਹੈ, ਇਸ ਲਈ ਅਸੀਂ GTBI ਨੂੰ ਚੁਣਿਆ ਸੀਗਾ। ਇਸ ਸਕੂਲ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ। ਇੱਥੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਐਕਟੀਵਿਟੀ ਕਰਵਾਈ ਗਈ, ਇੱਥੇ ਬੜੀਆਂ ਰੀਜ਼ਨੇਬਲ ਫੀਸ ਜਿਹੜੀ ਆ ਉਹ ਪ੍ਰਾਪਤ ਕੀਤੀ ਗਈ ਬੱਚਿਆਂ ਦੀ, ਅਤੇ ਪ੍ਰਿੰਸੀਪਲ ਮੈਮ ਦਾ ਬਹੁਤ ਹੀ ਵਧੀਆ ਸਹਿਯੋਗ ਰਿਹਾ ਹੈ। ਮੈਂ ਬਹੁਤ ਸਾਰੇ ਸਕੂਲ ਦੇ ਵਿੱਚ ਵਿਜ਼ਿਟ ਵੀ ਕੀਤਾ ਅਤੇ ਬਹੁਤ ਸਾਰੀ ਫੀਡਬੈਕ ਲੈਣ ਤੋਂ ਬਾਅਦ ਮੈਂ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਚੂਜ਼ ਕੀਤਾ, ਕਿਉਂਕਿ ਉਹ ਸਕੂਲ ਦੇ ਵਿੱਚ ਜਿਹੜਾ ਬੱਚਿਆਂ ਦੀ ਪੜ੍ਹਾਈ ਲਈ ਇਨਵਾਇਰਮੈਂਟ ਆ ਉਹ ਮੈਨੂੰ ਬਹੁਤ ਅੱਛਾ ਲੱਗਿਆ ਔਰ ਉੱਥੇ ਫੀਸ ਵਗੈਰਾ ਜਿਹੜੀ ਆ ਉਹ ਵੀ ਬਹੁਤ ਰੀਜ਼ਨੇਬਲ ਹੈਗੀ ਆ ਅਤੇ ਜਿਹੜਾ ਸਟਾਫ ਆ ਉਹ ਵੀ ਬਹੁਤ ਕੁਆਲੀਫਾਈਡ ਆ, ਵੈਲ ਐਜੂਕੇਟਡ ਹੈਗਾ ਆ। Hi everyone, I am Mandeep Kaur, alumnus of Guru Tegh Bahadur International School, Kalyanpur. I want to share my experience about the school. After completing my studies in India, I moved to Canada for my further graduation. I think reflecting on my journey, I would say that my school has a profound impact on my personal as well as academic learnings. The faculty at Guru Tegh Bahadur International School goes above and beyond to ensure that every child has not just the textbook knowledge but a well-rounded information. From the very first day, I realized that our principal set a tone of inclusivity, fostering an environment in the school where every student felt valued and heard. Through her unwavering support and dedication, she always created a space where learning went beyond textbooks, where our aspirations were nurtured and our potential value was recognized. She has always believed in us even when we doubted ourselves.
So she always saw the potential in every student, and through her inspiring words and actions, she always taught us the importance of perseverance, hard work and resilience in the face of challenges. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਜੋ ਕਿ ICSE ਨਿਊ ਦਿੱਲੀ ਨਾਲ ਐਫੀਲੀਏਟਿਡ ਹੈ ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਲਈ ਅਸੀਂ ਬਹੁਤ ਸਾਰੀਆਂ ਐਕਟੀਵਿਟੀਜ਼ ਗੇਮਸ ਸਪੋਰਟਸ ਔਰ ਅੱਜ ਦੀ ਹੀ ਗੁੱਡ ਨਿਊਜ਼ ਹੈ ਕਿ ਅੱਜ ਮੋਰਨਿੰਗ ਹੀ ਲਿਸਟ ਆਈ ਹੈ ਕਿ 4 ਬੱਚੇ ਜਿਹੜੇ ਨੇ ਸਾਡੇ ਉਹ ਨੈਸ਼ਨਲ ਦੇ ਲਈ ਅੰਡਰ 14 ਖੋ ਖੋ ਦੇ ਲਈ ਸਿਲੈਕਟ ਹੋਏ ਨੇ ਸਾਡਾ ਸਟੂਡੈਂਟ ਦੀਕਸ਼ਿਤ ਰਿਸ਼ੀ ਜੋ ਕਿ IIT ਐਡਵਾਂਸਡ ਕਰੈਕ ਕਰਕੇ ਹੁਣ ਇਸ ਟਾਈਮ IIT ਰੁੜਕੀ ਦੇ ਵਿੱਚ ਐਜੂਕੇਸ਼ਨ ਲੈ ਰਿਹਾ ਇਸ ਤੋਂ ਇਲਾਵਾ ਗੁਰਮੋਹਿਤ ਸਿੰਘ ਜਿਸ ਨੇ ਲਾਸਟ ਈਅਰ 97.8% ਪਲੱਸ 2 ਚੋਂ ਸਕੋਰ ਕਰਿਆ ਔਰ ਉਸ ਬੱਚੇ ਨੂੰ ਗਵਰਨਮੈਂਟ ਆਫ ਇੰਡੀਆ ਵੱਲੋਂ ਹਾਇਰ ਐਜੂਕੇਸ਼ਨ ਦੇ ਲਈ ਸਕੋਲਰਸ਼ਿਪ ਵੀ ਔਫਰ ਕੀਤਾ ਗਿਆ ਸਭ ਤੋਂ ਵੱਡੀ ਗੱਲ ਆ ਕਿ ਅੱਜ ਮੈਂ ਲਾਸਟ ਮੰਥ USA ਵਿਜ਼ਿਟ ਕਰਕੇ ਆਈ ਜਿੱਥੇ ਮੈਂ USA ਨਿਊਯਾਰਕ ਦੀਆਂ ਗਵਰਨਮੈਂਟ ਯੂਨੀਵਰਸਿਟੀਜ਼ ਸਿਟੀ ਐਂਡ ਸਟੇਟ ਯੂਨੀਵਰਸਿਟੀਜ਼ ਦੇ ਨਾਲ ਟਾਈ ਅਪ ਕੀਤਾ ਪਾਰਟਨਰਸ਼ਿਪ ਕਰੀ ਹੈ ਉਸ ਦੇ ਵਿੱਚ ਹੁਣ ਸਾਡੇ ਸਕੂਲ ਨੂੰ ਬਹੁਤ ਫੈਸਿਲਿਟੀਜ਼ ਮਿਲੀਆਂ ਨੇ ਕਿ ਰਿਸਰਚ ਪ੍ਰੋਗਰਾਮ ਐਕਸਚੇਂਜ ਪ੍ਰੋਗਰਾਮ ਟੀਚਰਸ ਐਂਡ ਸਟੂਡੈਂਟਸ ਬੋਥ ਕਰੀਕੁਲਮ ਅਲਾਈਨਮੈਂਟ ਇਹ ਸਭ ਫੈਸਿਲਿਟੀਜ਼ ਸਾਡੀਆਂ ਜਿਹੜੀਆਂ ਨੇ ਮਿਲੀਆਂ ਨੇ ਹੁਣ ਅਸੀਂ ਇਹ ਸਟੇਟ ਔਰ ਸਿਟੀ ਯੂਨੀਵਰਸਿਟੀ ਦੇ ਨਾਲ ਇਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਪਲੱਸ 2 ਤੋਂ ਬਾਅਦ ਹਾਇਰ ਐਜੂਕੇਸ਼ਨ ਦੇ ਲਈ ਇਕਨੋਮਿਕਲ ਫੀਸਿਸ 'ਤੇ ਅਸੀਂ ਆਪਣੇ ਬੱਚੇ ਜਿਹੜੇ ਨੇ ਉਹ ਨਿਊਯਾਰਕ ਹਾਇਰ ਸਟੱਡੀਜ਼ ਦੇ ਲਈ ਭੇਜ ਸਕਾਂਗੇ ਈਸਟ ਔਰ ਵੈਸਟ GTB ਸਕੂਲ ਇਜ਼ ਦੀ ਬੈਸਟ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਬਾਰੇ ਇਹ 2004 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਸਾਡੇ ਮਦਰ ਸ਼੍ਰੀਮਤੀ ਅਮਰਜੀਤ ਕੌਰ ਉਹਨਾਂ ਦਾ ਸੁਪਨਾ ਸੀ ਕਿ ਏਰੀਏ ਦੇ ਵਿੱਚ ਇੱਕ ਵਧੀਆ ਸਕੂਲ ਹੋਏ ICSE ਸਕੂਲ ਹੋਵੇ ਜਿਹਦਾ ਬਹੁਤ ਰੀਜ਼ਨੇਬਲ ਫੀਸਿਸ ਹੋਣ ਸਾਡੇ ਇਸ ਟਾਈਮ ਵੀ ਹੁਣ 2023 ਆ ਇਸ ਟਾਈਮ ਵੀ ਸਾਡੇ ਸਾਰੇ ਏਰੀਏ ਦੇ ਵਿੱਚੋਂ ਸਭ ਨਾਲੋਂ ਘੱਟ ਫੀਸ ਸਾਡੀ ਆ ਇਹ ਉਹਨਾਂ ਦਾ ਡ੍ਰੀਮ ਸੀ ਇਹ ਉਹਨਾਂ ਵੱਲੋਂ ਇਨੀਸ਼ੀਏਟ ਕੀਤੇ ਗਏ ਸੀ ਕਿ ਅੱਛੀ ਐਜੂਕੇਸ਼ਨ ਦਿੱਤੀ ਜਾਏ ਅਤੇ ਵਧੀਆ ਐਜੂਕੇਸ਼ਨ ਦਿੱਤੀ ਜਾਏ